ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਬ ਸਟੱਡੀ ਦੇ ਵਿੱਚ। ਸੋ ਦੋਸਤੋ, ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਭਰਤੀ ਦੀ ਲੇਟੈਸਟ ਅਪਡੇਟ ਲੈ ਕੇ। ਪੰਜਾਬ ਦੇ ਵਿੱਚ ਇੱਕ ਨਵੀਂ ਭਰਤੀ ਨਿਕਲ ਕੇ ਸਾਹਮਣੇ ਆ ਰਹੀ ਹੈ। ਕਿਹੜੀ ਭਰਤੀ ਹੈ, ਕਿੰਨੀਆਂ ਪੋਸਟਾਂ ਨੇ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਕਦੋਂ ਤੋਂ ਕਦੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ, ਏਜ ਕੀ ਹੈ, ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖ ਕੇ ਜਾਇਓ, ਆਪਣੇ ਦੋਸਤਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈੱਲ ਆਈਕਨ ਨੂੰ ਪ੍ਰੈਸ ਕਰਕੇ। ਤਾਂ ਦੇਖੋ ਜੀ, ਜਾਣਦੇ ਹਾਂ ਭਰਤੀ ਦੇ ਬਾਰੇ। ਪੰਜਾਬ ਦੇ ਵਿੱਚ ਨਵੀਂ ਭਰਤੀ ਹੈ, ਇਹ ਹੈ ਜੀ ਜੇਲ੍ਹ ਵਾਰਡਨ ਦੀ ਭਰਤੀ। ਇਸ ਤੋਂ ਪਹਿਲਾਂ ਵੀ ਇਹ ਭਰਤੀ ਆ ਚੁੱਕੀ ਹੈ, ਠੀਕ ਹੈ। ਅਤੇ ਇਸ ਦੇ ਵਿੱਚ ਜਿਹੜੀਆਂ ਇਸ ਵਾਰ ਆਪਾਂ ਨੂੰ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਨੇ, 179 ਪੋਸਟਾਂ ਨੇ, 175 ਪਲੱਸ 4। ਤਾਂ ਆਪਾਂ ਪੂਰੀ ਤਰ੍ਹਾਂ ਸਮਝਦੇ ਹਾਂ ਕੀ ਗੱਲਬਾਤ ਹੈ। ਅਤੇ ਵੀਡੀਓ ਨੂੰ ਜ਼ਰੂਰ ਕੰਪਲੀਟ ਦੇਖਿਓ ਅਤੇ ਲਾਈਕ ਜ਼ਰੂਰ ਕਰ ਦਿਓ। ਤਾਂ ਦੇਖੋ ਜੀ, ਇਹ ਭਰਤੀ ਹੈ PSSSB ਦੇ ਵੱਲੋਂ, ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ। 8/2024 ਜਿਹੜਾ ਇਸਦਾ ਐਡਵਰਟਾਈਜ਼ਮੈਂਟ ਹੈ, ਇਸ ਤੋਂ ਪਹਿਲਾਂ 8/2021 ਦੇ ਵਿੱਚ ਸ਼ਾਇਦ ਇਹ ਭਰਤੀ ਆਈ ਸੀਗੀ। ਅਤੇ ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ, ਦੇਖੋ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਦੇ ਵਿੱਚ, ਦੇਖੋ ਵਾਰਡਨ ਦੀਆਂ 175 ਅਸਾਮੀਆਂ, ਮੈਟਰਨ ਦੀਆਂ 4 ਅਸਾਮੀਆਂ ਨੇ। ਦੇਖੋ ਜੇਲ੍ਹ ਵਾਰਡਨ ਦੀਆਂ ਕਿੰਨੀਆਂ ਪੋਸਟਾਂ ਨੇ ਜੀ, ਜਿਹੜੀਆਂ 175 ਨੇ, ਅਤੇ ਮੈਟਰਨ ਦੀਆਂ 4 ਅਸਾਮੀਆਂ ਨੇ, ਠੀਕ ਹੈ। ਅਤੇ ਇਸ ਦੇ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ PSSSB ਦੀ ਵੈਬਸਾਈਟ ਦੇ ਉੱਤੇ ਜਾ ਕੇ। ਇਹ ਤੁਹਾਨੂੰ ਲਿੰਕ ਮਿਲ ਜਾਏਗਾ SSSB.punjab.government.in। ਇਸ ਦੇ ਉੱਤੇ ਤੁਸੀਂ ਮਿਤੀ 29/7/2024 ਤੋਂ ਲੈ ਕੇ 20/8/2024 ਤੱਕ ਆਪਣਾ ਔਨਲਾਈਨ ਅਪਲਾਈ ਕਰ ਸਕਦੇ ਹੋ, ਯਾਨੀ ਕਿ 29 ਤਰੀਕ ਨੂੰ ਇਸਦਾ ਪੋਰਟਲ ਓਪਨ ਕਰ ਦਿੱਤਾ ਜਾਵੇਗਾ ਅਤੇ 20 ਅਗਸਤ ਇਸਦੀ ਲਾਸਟ ਡੇਟ ਹੋਏਗੀ। ਅਤੇ ਇਸ ਦੇ ਵਾਸਤੇ ਜਿਹੜੀ ਵੀ ਹੋਰ ਇਨਫੋਰਮੇਸ਼ਨ ਆਉਣੀ ਹੈ, ਜਿਵੇਂ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੋਏਗੀ, ਠੀਕ ਹੈ, ਅਤੇ ਜਾਂ ਤੁਹਾਡਾ ਹੋਰ ਕੋਈ ਵੀ ਅਪਡੇਟ, ਕੋਈ ਡੇਟ ਬਾਰੇ ਆਉਂਦੀ ਹੈ, ਜਾਂ ਪੇ ਸਕੇਲ ਕੀ ਹੈ, ਏਜ ਤੁਹਾਡੀ ਕੀ ਹੈ, ਸਾਰਾ ਕੁਝ ਤੁਹਾਨੂੰ ਇਸੇ ਵੈਬਸਾਈਟ ਦੇ ਉੱਤੇ ਮਿਲੇਗਾ, PSSSB ਜਿਸ ਦੀ ਆਪਾਂ ਗੱਲ ਕੀਤੀ ਹੈ। ਬਾਕੀ ਆਪਾਂ ਪੁਰਾਣੀ ਭਰਤੀ ਦੇ ਹਿਸਾਬ ਦੇ ਨਾਲ ਜਿਹੜੀ ਇਸ ਦੇ ਵਿੱਚ ਕੋਈ ਵੀ ਗੱਲਬਾਤ ਹੈ ਉਹ ਆਪਾਂ ਸਮਝ ਲੈਂਦੇ ਹਾਂ। ਹੁਣ ਦੇਖੋ ਜਿਹੜੀ ਇਸ ਭਰਤੀ ਦੇ ਵਾਸਤੇ ਏਜ ਹੋਏਗੀ, ਲਗਭਗ ਆਪਾਂ ਨੂੰ 18 ਤੋਂ ਲੈ ਕੇ 27-28 ਸਾਲ ਤੱਕ ਦੇਖਣ ਨੂੰ ਮਿਲ ਜਾਏਗੀ। ਹੋ ਸਕਦਾ 27 ਰਹਿ ਜੇ, ਹੋ ਸਕਦਾ 28 ਹੋ ਜੇ। ਉਹ ਇਹਨਾਂ ਦੇ ਉੱਤੇ ਹੈ ਕਿ ਨਵਾਂ ਐਡਵਰਟਾਈਜ਼ਮੈਂਟ ਜਿਹੜਾ ਆਉਣਾ ਹੈ ਉਸ ਦੇ ਵਿੱਚ ਕੀ ਲਿਖਿਆ ਹੋਏਗਾ, ਹੈ ਨਾ। ਇਹ ਲਗਭਗ ਜਿਹੜਾ ਤੁਹਾਡਾ ਐਡਵਰਟਾਈਜ਼ਮੈਂਟ ਹੋਏਗਾ 29 ਤਰੀਕ ਤੋਂ ਪਹਿਲਾਂ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ, ਕਿਉਂਕਿ 29 ਤਰੀਕ ਤੋਂ ਅਪਲਾਈ ਹੋਣਾ ਸ਼ੁਰੂ ਹੋਣਾ ਇਸ ਦੇ ਵਾਸਤੇ। ਹੁਣ ਜੇਕਰ ਫੀਸ ਦੇਖੀ ਜਾਵੇ, ਜਨਰਲ ਵਾਸਤੇ 1000 ਰੁਪਇਆ ਫੀਸ ਹੋ ਸਕਦੀ ਹੈ, ਠੀਕ ਹੈ। ਜਨਰਲ OBC 1000 ਰੁਪਇਆ ਜਨਰਲ ਵਾਸਤੇ ਸ਼ਾਇਦ, ਠੀਕ ਹੈ। ਅਤੇ ਬਾਕੀ ਜਿਹੜੇ BC ਕੈਟਾਗਰੀ ਹੋਣਗੇ 250 ਰੁਪਏ ਫੀਸ, ਬਾਕੀ ਇਸ ਤਰ੍ਹਾਂ ਕੈਟਾਗਰੀ ਵਾਈਜ਼ ਤੁਹਾਨੂੰ ਫੀਸ ਦੇਖਣ ਨੂੰ ਮਿਲ ਸਕਦੀ ਹੈ। ਅਤੇ ਹੁਣ ਏਜ ਦੀ ਗੱਲ ਕਰੀਏ, 18 ਤੋਂ ਲੈ ਕੇ ਜਿਹੜੀ ਏਜ ਹੈ ਤੁਹਾਨੂੰ 27 ਜਾਂ 28 ਇੱਥੋਂ ਤੱਕ ਹੋ ਸਕਦੀ। ਏਜ ਦੇ ਵਿੱਚ ਹੋ ਸਕਦਾ ਤੁਹਾਨੂੰ 28, ਮਤਲਬ ਕਿ ਘੱਟ ਏਜ ਕਰਕੇ ਇਸ ਦੇ ਵਿੱਚ ਥੋੜ੍ਹਾ ਕਿੱਦਾਂ ਲੱਗੇ। ਬਾਕੀ ਇਸ ਦੇ ਵਿੱਚ ਪੇਪਰ ਹੋਏਗਾ, ਪਹਿਲਾਂ ਪੇਪਰ ਤੋਂ ਬਾਅਦ ਇਸ ਦੇ ਵਿੱਚ ਫਿਜ਼ੀਕਲ ਹੋਣਾ, ਠੀਕ ਹੈ। ਬਾਕੀ ਹੋਰ ਕੋਈ ਵੀ ਅਪਡੇਟ ਆਉਂਦੀ ਉਹ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਹੋਰ ਇਸ ਦੇ ਵਿੱਚ ਕੀ ਚੀਜ਼ ਰਹਿ ਜਾਂਦੀ ਹੈ, ਹਾਂ, ਕੁਆਲੀਫਿਕੇਸ਼ਨ ਜਿਹੜੀ ਤੁਹਾਡੀ ਹੋਏਗੀ ਲਗਭਗ 10+2 12ਵੀਂ ਕਰਕੇ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਕਾਂਸਟੇਬਲ ਜਿਹੜੇ ਕੈਂਡੀਡੇਟ ਹੈ, ਹੈ ਨਾ, ਉਹ ਨਹੀਂ ਭਰ ਸਕੇ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਇੱਦਾਂ ਲੱਗ ਰਿਹਾ ਕਿ ਤਿਆਰੀ ਕਰਨ ਦਾ ਸਮਾਂ ਨਹੀਂ ਮਿਲਿਆ, ਤਾਂ ਉਹ ਇਸ ਭਰਤੀ ਦੇ ਵਿੱਚ ਆਪਣਾ ਸਮਾਂ ਦੇ ਸਕਦੇ ਆ, ਹੋ ਸਕਦਾ ਉਸ ਤੋਂ ਬਾਅਦ ਫਿਰ ਤੁਹਾਨੂੰ ਹੋਰ ਕਿਸੇ ਭਰਤੀ ਦਾ ਮੌਕਾ ਮਿਲ ਜੇ। ਤਾਂ ਵਧੀਆ ਭਰਤੀ ਹੈ, ਜ਼ਰੂਰ ਇਸ ਦੇ ਲਈ ਤੁਸੀਂ ਟਰਾਈ ਕਰਿਓ। ਇਸ ਦਾ ਜਿਹੜਾ ਪੋਰਟਲ ਹੈ 29/7/2024 ਨੂੰ ਓਪਨ ਕਰ ਦਿੱਤਾ ਜਾਵੇਗਾ ਅਤੇ 20 ਅਗਸਤ ਤੱਕ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਹੋ। ਬਾਕੀ ਦੇਖੋ, ਇਹ ਆਪਾਂ ਜੀ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ, ਇਹ ਏਜ ਵਗੈਰਾ ਦੀ, ਉਹ ਆਪਾਂ ਪਿਛਲੇ ਐਡਵਰਟਾਈਜ਼ਮੈਂਟ ਦੇ ਅਨੁਸਾਰ ਕਹਿ ਰਹੇ ਹਾਂ। ਅੱਗੇ ਜੋ ਵੀ ਆਏਗੀ, ਕਿਤੇ ਕੁਛ ਚੇਂਜ ਕੀਤਾ ਹੋਵੇ, ਉਹ ਸਾਰਾ ਕੁਝ ਆਪਾਂ ਨਵਾਂ ਐਡਵਰਟਾਈਜ਼ਮੈਂਟ ਦੇਖ ਕੇ ਚੈਨਲ ਦੇ ਉੱਤੇ ਹੀ ਸ਼ੇਅਰ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਬਣਾ ਦਾਂਗੇ ਉਸ ਦੇ ਲਈ ਆਪਾਂ ਸਪੈਸ਼ਲ। ਅਤੇ ਬਾਕੀ ਤਿਆਰੀ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ, ਆਪਣੇ ਚੈਨਲ ਦੇ ਉੱਤੇ ਸਾਰਾ ਮਟੀਰੀਅਲ ਤੁਹਾਨੂੰ ਮਿਲ ਜਾਏਗਾ, ਪੰਜਾਬੀ ਦਾ ਜਿਹੜਾ ਪੇਪਰ ਹੋਣਾ ਅਤੇ ਬਾਕੀ ਜਿਹੜਾ ਮੇਨ ਪੇਪਰ ਹੋਣਾ ਉਸ ਦੀਆਂ ਵੀ ਪਲੇਲਿਸਟਾਂ ਬਣੀਆਂ ਹੋਈਆਂ ਨੇ, ਇੱਕ ਵਾਰ ਜਾ ਕੇ ਪਲੇਲਿਸਟ ਵਾਲੇ ਸੈਕਸ਼ਨ ਦੇ ਵਿੱਚ ਚੈੱਕ ਕਰ ਲਿਓ। ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਮਿਲਦੀਆਂ ਰਹਿਣਗੀਆਂ। ਚੈਨਲ ਨੂੰ ਸਬਸਕ੍ਰਾਈਬ ਕਰਕੇ
ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ। ਧੰਨਵਾਦ।